ਮੈਂ ਅੱਜ ਬੀਜੇਪੀ ਆਫਿਸ 'ਚ ਹੋਰ ਕਿੱਥੇ ਜਾ ਸਕਦੇ ਹਾਂ, ਸਰਕਾਰ ਦੀ ਤਾਨਾਸ਼ਾਹੀ ਆ ਆਹ। ਇਸ ਵੇਲੇ ਮੈਂ ਖੜ੍ਹਾ ਹੈ ਅਤੇ ਸਮਾਨ ਆ ਜਿਹੜਾ ਉਹ ਪੈਕ ਕਰ ਰਹੇ ਹਾਂ, ਕਿਉਂਕਿ ਰਾਤ ਨੂੰ 12:12:18 'ਤੇ ਇੱਕ ਮੈਸੇਜ ਆਇਆ ਵੀ ਤੁਹਾਡਾ ਜਿਹੜਾ ਇਹ ਉਹ 2 ਕਰੋੜ ਰੁਪਈਆ ਜਿਹੜਾ ਕੋਠੀ ਦਾ ਤੁਹਾਡਾ ਦੇਣਦਾਰੀ ਆ। ਅਤੇ ਅਸੀਂ ਕਿਹਾ ਜੀ ਦੇਣਦਾਰੀ ਸਾਡੀ ਕਾਹਦੀ ਆ, ਦੱਸੋ ਤਾਂ ਸਹੀ ਵੀ ਅਸੀਂ ਤਾਂ ਕੋਈ ਅੱਜ ਤੱਕ ਕੋਈ ਬਿਜਲੀ ਦਾ ਬਿੱਲ ਇਹ ਨਹੀਂ ਹੈ ਵੀ ਦੱਸੋ, ਤੁਸੀਂ ਉਹਨਾਂ ਨੂੰ ਪੁੱਛ ਲਓ, ਕੋਈ ਵਾਟਰ ਕਾਰਪੋਰੇਸ਼ਨ ਵਾਲਿਆਂ ਨੂੰ ਪੁੱਛ ਲਓ। ਮੈਂ ਤਾਂ NOC ਪਿਛਲੀ ਵਾਰ ਵੀ ਉਰਿਓਂ 19 ਦੀ ਇਲੈਕਸ਼ਨ ਲੜੀ ਆ, 17 ਦੀ ਵੀ ਉਰਿਓਂ ਲੜੀ ਆ, ਨਾਲੇ ਇਹ ਸਿਕਿਉਰਿਟੀ ਦੇ ਬੇਸ 'ਤੇ ਜਿਹੜੇ ਆ ਉਹ ਪੰਜਾਬ ਸਰਕਾਰ ਨੇ ਉਹ ਚਿੱਠੀ ਪਾ ਕੇ, ਉਦੋਂ ਸੁਖਬੀਰ ਸਿੰਘ ਬਾਦਲ ਜਦੋਂ ਸੀ, ਅੱਜ ਬਾਦਲ ਸਾਹਿਬ, ਉਦੋਂ ਬਾਅਦ ਕਾਂਗਰਸ ਸਰਕਾਰ, ਉਦੋਂ ਬਾਅਦ ਸਾਡੇ ਮੇਅਰ ਉਰੇ ਸੀ, ਸਭ ਕੁਛ ਸੀ, ਅਤੇ ਉਦੋਂ ਬਾਅਦ ਅੱਜ ਬਣ ਗਈ ਅੱਜ ਆਮ ਆਦਮੀ ਦੀ ਸਰਕਾਰ। ਉਹਨਾਂ ਨੂੰ ਕੁਛ ਨਹੀਂ ਹੋਰ, ਉਹਨਾਂ ਨੇ ਇਹ ਭੁਲੇਖੇ 'ਚ ਉਹ ਗਲਤ ਫਹਿਮੀ 'ਚ ਨੇ ਵੀ BJP ਸਾਡਾ ਵਰਕਰ ਤੁਸੀਂ 10-20 ਕਰੋੜ ਪਾਉਂਦੇ ਉਹ ਵੀ ਅਸੀਂ ਦਿੰਦੇ। ਤੁਹਾਡੇ ਹਿਸਾਬ ਨਾਲ ਵਰਕਰ ਸਾਡਾ ਜੇ ਅਸੀਂ 5-5, 10-10 ਰੁਪਏ ਇਕੱਠੇ ਕਰਨ ਲੱਗ ਜਾਈਏ ਉਹ ਵੀ ਕਰੋੜਾਂ 'ਚ ਪਹੁੰਚ ਜੂਗਾ ਲੁਧਿਆਣੇ ਦਾ, ਐਸਾ ਸਾਡਾ ਕਾਰਜਕਰਤਾ ਹੈ। ਪਰ ਗੱਲ ਇਹ ਆ ਵੀ ਉਹਨਾਂ ਨੇ ਸਿਰਫ ਵੀ ਕਿਸ ਤਰੀਕੇ ਨਾਲ ਨੋਮੀਨੇਸ਼ਨ ਪੇਪਰ ਨੇ ਜਿਹੜੇ ਉਹ ਕਿਵੇਂ ਰਿਜੈਕਟ ਹੋਣ, ਉਹਦੇ ਪਿੱਛੇ ਜਾਂ ਕੋਈ ਸਿਕਿਉਰਿਟੀ ਐਂਗਲ ਦੇ ਪਿੱਛੇ ਉਹਨਾਂ ਨੇ ਕੀ ਕੀਤਾ। ਤੁਹਾਨੂੰ ਪਤਾ ਹੈ ਵੀ ਕਿੱਡਾ ਭਾਰੀ ਹਮੇਸ਼ਾ ਇਹ ਇੰਨੇ ਬੰਦੇ ਨਾਲ ਚੱਲਦੇ ਆ, 100 ਜਣਾ ਉਰੇ ਰਹਿੰਦਾ ਕਰਦਾ ਏ, ਅਤੇ ਉਹ ਸਭ ਨੂੰ ਜਿਹੜਾ ਇਹ ਘਰ ਵਿੱਚ ਇਸ ਵੇਲੇ ਛਾਉਣੀ ਬਣੀ ਹੋਈ ਆ, ਸਿਕਿਉਰਿਟੀ ਐਂਗਲ ਆ, ਉਹਨਾਂ ਨੇ ਸਭ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ, ਅੱਗੇ ਵੀ ਕਈ ਐਸੀ ਚੀਜ਼ਾਂ ਹੋਈਆਂ ਜਿਹੜੀਆਂ ਉਹਨਾਂ ਨੇ ਕੀਤੀਆਂ, ਇਸੇ ਤਰੀਕੇ ਨਾਲ ਕਈ ਹਾਦਸੇ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਨੇ ਬਚਕਾਨਾ ਹਰਕਤਾਂ ਕਰਕੇ ਸਿਕਿਉਰਿਟੀ ਖਤਰੇ 'ਚ ਪਾਈ ਲੋਕਾਂ ਦੀ। ਪਰ ਮੈਨੂੰ ਕੋਈ ਪਰਵਾਹ ਨਹੀਂ, ਸਰਦਾਰ ਬੇਅੰਤ ਸਿੰਘ ਜੀ ਐਜ਼ ਏ ਮੁੱਖ ਮੰਤਰੀ ਉਹਨਾਂ ਦਾ ਬੰਬ ਨਾਲ ਟੁਕੜੇ ਟੁਕੜੇ ਹੋ ਗਏ ਸੀ, ਅਤੇ ਮੈਨੂੰ ਕੀ ਪਰਵਾਹ ਹੈ, ਮੈਂ ਤਾਂ ਉਹਨਾਂ ਦਾ ਪੋਤਾ, ਮੈਂ ਕਿਤੇ ਡਰਦਾ ਹੈ, ਮੈਨੂੰ ਤਾਂ ਸੜਕ 'ਤੇ ਪੈਰਾਂ ਪੈ ਜੂ, ਮੈਂ ਉੱਥੇ ਪੈ ਜੂੰਗਾ। ਪਰ ਇਹਨੂੰ ਇੱਕ ਜਿਵੇਂ ਸ਼ੀਸ਼ ਮਹਿਲ ਹੁੰਦਾ ਨਾ, ਜਿਵੇਂ ਇਹ 43 ਕਰੋੜ ਰੈਨੋਵੇਸ਼ਨ 'ਤੇ ਜਿਵੇਂ ਖਰਚ ਹੋਇਆ ਕੇਜਰੀਵਾਲ ਦੇ, ਉਹਦੇ ਵਾਂਗੂ ਇਹਦਾ 1 ਲੱਖ ਰੁਪਈਆ ਮਹੀਨੇ ਦਾ ਰੈਂਟ ਅਤੇ ਮਾਰਕੀਟ ਰੇਟ ਤੋਂ ਉਦੋਂ ਫਿਰ ਡਬਲ ਕੀਤਾ ਹੈ। ਦੇਖੋ ਆਪਣੀ ਮਨ ਮਰਜ਼ੀ ਹੈ, ਤਾਨਾਸ਼ਾਹੀ ਦੇਖੋ, ਪਹਿਲਾਂ 1-2 ਕਮਰਿਆਂ ਦਾ ਘਰ 1 ਲੱਖ ਰੁਪਈਆ ਰੈਂਟ, ਫਿਰ ਉਹ ਤੋਂ ਹੋਰ ਦੁੱਗਣਾ ਕਰਕੇ ਡਬਲ 2 ਲੱਖ ਰੁਪਈਆ ਇੱਕ ਮਹੀਨੇ ਦਾ ਪਾ ਕੇ, ਪਤਾ ਨਹੀਂ ਕਿੰਨੇ 10 ਸਾਲ ਦਾ, ਪਤਾ ਨਹੀਂ ਕਿੰਨੇ ਸਾਲ ਦਾ ਪਿੱਛੋਂ ਪਾ ਕੇ 2 ਕਰੋੜ ਰੁਪਈਆ ਬਣਾਇਆ। ਉਹ ਅਸੀਂ ਸਵੇਰੇ, ਮੈਂ ਆਪਣੀ ਜ਼ਮੀਨ ਆ ਜਿਹੜੀ ਆਪਣੇ 2-4 ਲੋਕਾਂ ਕੋਲ ਗਿਰਵੀ ਰੱਖੀ, ਗਹਿਣੇ ਰੱਖੀ, ਅਤੇ ਪੈਸੇ ਆ ਜਿਹੜੇ ਉਹ ਜਮ੍ਹਾਂ ਕਰਵਾ ਤੇ ਲੈ। ਅਫਸੋਸ ਹੋਇਆ, ਦੇਖੋ ਇੰਨਾ ਹੁੰਦਾ ਵੀ ਜਦੋਂ ਇਹੋ ਜਿਹੀ ਚੀਜ਼ ਕਰਦੇ ਆ ਨਾ, ਉਹ ਮੇਰੇ ਕੋਲ ਤਾਂ ਕੁਛ ਹੋਰ ਹੈ ਨਹੀਂ, ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਦੀ ਜਿਹੜੀ ਜ਼ਮੀਨ ਸੀ, ਜੱਦੀ ਜ਼ਮੀਨ ਜਦੋਂ ਪਾਕਿਸਤਾਨ ਤੋਂ ਉਰੇ ਆ ਕੇ ਬਣੀ, ਉਹੀ ਮੇਰੇ ਪਿਤਾ ਜੀ ਦੇ ਕੋਲ ਸੀ, ਉਹ ਤਾਂ ਚਲੋ ਮੈਂ 10 ਸਾਲ ਦਾ ਇਸ ਡੈਥ ਹੋ ਗਈ, ਉਹ ਜ਼ਮੀਨ ਵੀ ਮੇਰੀ ਆ ਰਾਤ ਦਾ ਇੱਕ ਮਤਲਬ ਬਹੁਤ ਹੀ ਜਿਹਨੂੰ ਕਹਿ ਲਓ ਘਟੀਆ ਕੰਮ ਕਰਕੇ ਉਹ ਜ਼ਮੀਨ ਵੀ ਜਿਹੜੀ ਆ ਮੇਰੇ ਹੱਥੋਂ ਖੋਈ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦੀ ਜਾਨ ਚਲੀ ਗਈ ਜੇ ਬੰਬ ਨਾਲ ਟੁਕੜੇ ਟੁਕੜੇ ਹੋ ਗਏ, ਇਹ ਤਾਂ ਜ਼ਮੀਨ ਹੀ ਗਈ ਆ, ਇਸ ਦੇਸ਼ ਲਈ, ਇਸ ਲੁਧਿਆਣੇ ਲਈ, ਇਸ ਲੋਕਾਂ ਲਈ ਕੁਛ ਵੀ ਚਲੇ ਜਾਵੇ ਮਨਜ਼ੂਰ ਆ, ਪਰ ਝੁਕਣਾ ਮਨਜ਼ੂਰ ਨਹੀਂ। ਸਰ ਕੀ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਨੇ ਕਰਾਇਆ ਜਾਂ 100%, ਕਿਉਂਕਿ ਦੋਨੋਂ ਰਲੇ ਹੋਏ ਨੇ, ਦੋਨੋਂ ਰਲੇ ਹੋਏ ਨੇ, ਦੋਨਾਂ ਦਾ ਸਮਝੌਤਾ ਹੈ। ਕਿਹਨੇ ਕਰਾਇਆ? ਨਹੀਂ ਦੇਖੋ ਇਹ 'ਚ ਕੋਈ ਸ਼ੱਕ ਹੀ ਨਹੀਂ ਗਾ ਵੀ ਦੋਨੋਂ ਆ ਜਿਹੜੇ ਉਹ ਰਲੇ ਹੋਏ ਨੇ,
ਰਲ ਕੇ ਉਹ ਗੇਮ ਖੇਡ ਰਹੇ ਆ ਵੀ ਜਿਹਦਾ ਵੀ ਦਾਅ ਲੱਗ ਜੇ ਲੱਗ ਜੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਈ ਭੁਲੇਖਾ ਹੈ? ਦੋਨੋਂ ਦਾ ਅਲਾਇੰਸ ਆ, ਚੰਡੀਗੜ੍ਹ ਅਤੇ ਇਹਨਾਂ ਦੀ ਕੈਪੀਟਲ ਦਿੱਲੀ ਦੇ ਵਿੱਚ ਅਲਾਇੰਸ ਆ। ਮੇਰੇ ਵੱਲੋਂ ਮੈਂ ਮਤਲਬ ਗੁੱਸਾ ਕੱਢਣ ਨਾ ਕੱਢਣ, ਮਕਸਦ ਤਾਂ ਇਹ ਆ ਵੀ ਨੋਮੀਨੇਸ਼ਨ ਕਾਗਜ਼ ਆ ਜਿਹੜੇ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਜੈਕਟ ਕਰਾਈਏ, ਕਿਸ ਤਰੀਕੇ ਨਾਲ ਕਰੀਏ, ਮਕਸਦ ਇਹ ਆ। ਪਰ ਇਸ ਚੀਜ਼ ਨੂੰ ਡਰੇ ਇਹੀ ਤਾਂ ਘਬਰਾਹਟ ਤੋਂ ਪਤਾ ਲੱਗਦੀ ਆ। ਇਹਦਾ ਮਤਲਬ ਡਰੇ ਨਹੀਂ ਹੋਏ, ਬਹਿ ਮਤਲਬ ਜਿਵੇਂ ਗਿੱਦੜ ਭੱਜਦਾ ਨਾ ਸ਼ਹਿਰ ਵੱਲ ਨੂੰ, ਉਹ ਇਸ ਹਾਲਾਤ ਨੇ ਉਹਨਾਂ ਦੇ, ਉਹ ਗਿੱਦੜ ਬਣੇ ਹੋਏ ਨੇ ਇਸ ਵਜ੍ਹਾ। ਲੜਨਾ ਊਂ ਲੜਾਈ ਲੜੋ, ਪਰ ਇਹ ਯਾਰ ਮੇਰੀ ਲੜਾਈ ਆ, ਇਹ 'ਚ ਮੈਂ ਹਮੇਸ਼ਾ ਲੜਨ ਨੂੰ ਤਿਆਰ ਹਾਂ। ਇਹ 'ਚ ਕਿੱਡੀ ਕੁ ਬੜੀ ਗੱਲ ਆ ਅਤੇ ਇਹ ਛੋਟੀਆਂ ਹਰਕਤਾਂ ਜਿਹੜੀਆਂ ਕੀਤੀਆਂ ਹੈ ਇਹ ਛੋਟੇ ਸਿਆਸਤਦਾਨ ਹੀ ਕਰ ਸਕਦੇ ਆ। ਅੱਜ ਰਮਨੀਤ ਸਿੰਘ ਬਿੱਟੂ ਬੀਜੇਪੀ ਦਫ਼ਤਰ, ਹਾਂ ਮੈਂ ਅੱਜ ਤਾਂ ਕਿਉਂਕਿ ਕਿਤੇ ਕੋਈ ਪ੍ਰਬੰਧ ਕਿਤੇ ਹੋ ਨਹੀਂ ਸਕਿਆ, ਕਿਤੇ ਕਿੱਥੇ ਜਾਊਂਗਾ ਮੈਂ, ਇੰਨੇ ਬੰਦੇ ਆ ਜਿਹੜੇ ਕਿੱਥੋਂ ਕਿੱਥੇ ਪਾਊਂਗਾ ਇੰਨੀ ਸਿਕਿਉਰਿਟੀ ਵਾਲੇ, ਕੋਈ ਘਰ ਇਹਦੇ ਲਈ ਤਾਂ ਬਹੁਤ ਸਪੈਸੀਫਿਕ ਘਰ ਚਾਹੀਦੇ ਆ ਨਾ ਸਿਕਿਉਰਿਟੀ ਐਂਗਲ ਨਾਲ। ਅਤੇ ਅੱਜ ਬੀਜੇਪੀ ਦੇ ਆਫਿਸ ਆ ਜਿਹੜੇ ਉਹ ਵੱਖ ਵੱਖ ਉੱਥੇ ਹੈਗੇ ਆ, ਅਤੇ ਇਹ ਆਪਣੇ ਟੈਂਟ ਤੰਬੂ ਆ ਜਿਹੜੇ ਉਹ ਲਾ ਲੈਣਗੇ ਜਾਂ ਜਿਵੇਂ ਵੀ ਰਹਿਣਗੇ ਸਾਰਿਆਂ ਦਾ ਘਰ। ਮੈਂ ਕਹਿੰਦਾ ਅੱਜ 100 ਬੰਦੇ ਨੂੰ ਇਹਨਾਂ ਨੇ ਬੇਘਰ ਕਰਤਾ, ਇੱਕ 100 ਬੰਦੇ ਦੇ ਤਕਰੀਬਨ ਇਹਨਾਂ ਨੇ ਅੱਜ ਵਿਚਾਰਿਆਂ ਨੂੰ, ਇਹ ਵੀ ਕੋਈ ਬਿਹਾਰ ਦਾ, ਕੋਈ ਯੂਪੀ ਦਾ, ਕੋਈ ਰਾਜਸਥਾਨ ਦਾ, ਸਭ ਨੂੰ ਆਪਣੀ ਇੱਕ ਆਪਣੀ ਨਿੱਜੀ ਖੁਸ਼ੀ ਲਈ ਯਾਰ ਨੋਮੀ ਲੜਾਈ ਲੜੋ ਨਾ ਯਾਰ, ਸਿਆਸਤ ਦੇ ਵਿੱਚ ਲੜਾਈ ਲੜੋ। ਆਹ ਕਿਹੜੀਆਂ ਪੋਲੀਟਿਕਸ ਹੁੰਦੀ ਆ ਡੈਮੋਕ੍ਰੇਸੀ 'ਚ, ਲੋਕਤੰਤਰ 'ਚ? ਇਹ ਅੱਜ ਤੱਕ ਨਹੀਂ ਕਿਸੇ ਨੇ ਕੀਤੇ। ਤੁਸੀਂ ਕਿਹੜੇ ਕੰਮਾਂ 'ਚ ਪੈ ਗਏ? ਕਾਗਜ਼ਾਂ ਰਿਜੈਕਟ ਕਰਕੇ, ਇਹੋ ਜਿਹੀਆਂ ਗੱਲਾਂ ਕਰਕੇ, ਅਤੇ ਲੋਕਾਂ ਤੋਂ ਤੁਸੀਂ ਕੀ ਹਾਰ ਪਵਾ ਲਓਗੇ? ਤੁਸੀਂ ਦੇਖਿਓ ਸੀ ਆਉਣ ਵਾਲੇ ਦਿਨਾਂ 'ਚ ਕਿਵੇਂ ਮੈਂ ਇਹਨਾਂ ਨੂੰ ਨੰਗਾ ਕਰਦਾ।